ਢੀਂਡ ਸਿੰਘ ਨੂੰ ਤਾਂ ਮੈਂ ਲਿਆਉਣਾ ਜਾ ਕੇ ਲੈਡੀ ਕਿਹੜੀ ਗੱਲ ਹੈ, ਉਹ ਤਾਂ ਗੁਰਮੁਖ ਬੰਦਾ ਹੈਗਾ, ਤੇਰੇ ਬਾਪ ਦਾ ਕਾਤਲ ਹੋ ਗਏ ਬਾਦਲ ਪਰਿਵਾਰ, ਤਾਂ ਫਿਰ ਪਤੰਦਰਾ ਤੇਰੇ ਦਾ ਇਹ ਜੇ ਬਾਦਲ ਲਾਲਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੁੰਦਾ ਬੇਜ ਵੀ ਨਹੀਂ ਕਰਾਉਂਦਾ ਸੀ, ਕਹਿੰਦਾ ਮੇਰੇ ਬਾਪ ਨੂੰ ਮਰਵਾਉਣ ਵਾਲਾ ਕਾਸ਼ਮ ਬਾਦਲ ਹੈ। ਇਹ ਸਿੱਖ ਵਿਅਕਤੀ ਨੇ ਵੀਡੀਓ ਵਿੱਚ ਜੋ ਬੋਲਿਆ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਵਿਅਕਤੀ ਨੇ ਪਰਮਿੰਦਰ ਢੀਂਡਸਾ ਦੇ ਹੱਕ ਵਿੱਚ ਬੋਲਦੇ ਹੋਏ ਕਿਹਾ ਕਿ ਪਰਮਿੰਦਰ ਢੀਂਡਸਾ ਤੇ ਸਿੱਖੀ ਨਾਲ ਜੁੜਿਆ ਹੋਇਆ ਬੰਦਾ ਹੈ, ਨਾ ਹੀ ਤੇ ਉਸਨੇ ਪਹਿਲਾਂ ਕਿਸੇ ਦਾ ਮਾੜਾ ਕੀਤਾ ਹੈ, ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਰੇਗਾ। ਉੱਥੇ ਇਸ ਸਿੱਖ ਵਿਅਕਤੀ ਨੇ ਬੋਲਦੇ ਹੋਏ ਕਿਹਾ ਕਿ ਬਾਦਲਾਂ ਦਾ ਪਰਿਵਾਰ ਤਾਂ ਲੋਕ ਦਿਖਾਵਾ ਕਰਦਾ ਹੈ, ਨਾ ਹੀ ਉਹ ਸਿੱਖੀ ਨਾਲ ਜੁੜਿਆ ਹੈ ਤੇ ਨਾ ਹੀ ਉਹ ਜੁੜ ਸਕਦਾ ਹੈ, ਤਾਂ ਹੀ ਤਾਂ ਉਹਨਾਂ ਵੱਲੋਂ ਤੇ ਝੂਠੀਆਂ ਸੌਹਾਂ ਚੁੱਕੀਆਂ ਗਈਆਂ ਨੇ। ਇਸ ਸਿੱਖ ਵਿਅਕਤੀ ਨੇ ਹੋਰ ਵੀ ਕਈ ਰੀਡਰਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਸ ਸਿੱਖ ਵਿਅਕਤੀ ਨੇ ਕਿਹਾ ਕਿ ਜਗਮੀਤ ਬਰਾੜ ਜੋ ਕਿ ਪਹਿਲਾਂ ਕਾਂਗਰਸੀਆਂ ਨਾਲ ਸੀ, ਇਸ ਤੋਂ ਪਹਿਲਾਂ ਵੀ ਜਗਮੀਤ ਬਰਾੜ ਨੇ ਕਈ ਪਾਰਟੀਆਂ ਬਦਲੀਆਂ ਨੇ ਜੋ ਕਿ ਹੁਣ ਅਕਾਲੀਆਂ ਨਾਲ ਰਲ ਚੁੱਕਿਆ ਹੈ। ਇਸ ਸਿੱਖ ਵਿਅਕਤੀ ਨੇ ਸ਼ਰੇਆਮ ਇਹ ਵੀ ਆਖ ਦਿੱਤਾ ਕਿ ਜਗਮੀਤ ਬਰਾੜ ਦੇ ਪਿਓ ਦਾ ਕਤਲ ਵੀ ਬਾਦਲ ਵੱਲੋਂ ਹੀ ਕੀਤਾ ਗਿਆ ਸੀ। ਹੁਣ ਤੁਸੀਂ ਵੀ ਸੁਣੋ ਇਹ ਵੀਡੀਓ, ਕੀ ਕਹਿਣਾ ਹੈ ਇਸ ਵਿਅਕਤੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾਵੋ, ਆ ਹੁਣੇ ਹੁਣੇ ਇੱਕ ਬਾਦਲ ਕੇ ਟੋਲੇ ਦੀ ਨਾ ਕੋਈ ਰੈਲੀ ਹੈ ਫਿਰੋਜ਼ਪੁਰ ਜ਼ਿਲ੍ਹੇ 'ਚ, ਉੱਥੇ ਇੱਕ ਸਿਕੰਦਰ ਮਲੂਕਾ ਹੈ ਕੋਈ ਬਠਿੰਡੇ ਜ਼ਿਲ੍ਹੇ ਦਾ, ਉਹ ਬੋਲਦਾ ਸੀ, ਕਹਿੰਦਾ ਅਖੇ ਢੀਂਡਸੇ ਨੂੰ ਬਾਦਲ ਨੇ ਕੀ ਨਹੀਂ ਦਿੱਤਾ, ਮਲਾਈਆਂ ਖਾਧੀਆਂ 10 ਸਾਲ, ਕਹਿੰਦਾ ਅਤੇ ਕਹਿੰਦਾ ਹੁਣ ਸਾਡੇ ਨਾਲ ਗੁਰਦੁਆਰੇ 'ਚ ਬਹਿ ਕੇ ਗੱਲ ਕਰੇ, ਮਹਾਰਾਜ ਦੀ ਹਜ਼ੂਰੀ 'ਚ ਅਖੇ ਬਹਿ ਕੇ ਗੱਲ ਕਰੇ, ਢੀਂਡਸਾ ਵੱਡਾ ਅਤੇ ਛੋਟਾ, ਅਤੇ ਉੱਥੇ ਪਤਾ ਲੱਗੂਗਾ ਵੀ ਅਸੀਂ ਇਹਨੂੰ ਕੀ ਨਹੀਂ ਦਿੱਤਾ। ਅਤੇ ਅਖੇ ਆਪਦੇ ਮੁੰਡੇ ਨੂੰ ਢੀਂਡਸਾ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਸੀ, ਬਾਦਲ ਸਾਹਿਬ ਕੋਲ ਗਿਆ ਸੀ, ਓਏ ਮਲੂਕਿਆ ਤੈਨੂੰ ਮੈਂ ਗੱਲ ਦੱਸਾਂ, ਜਿਹੜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਵੀ ਗੁਰੂ ਦੀ ਹਜ਼ੂਰੀ 'ਚ ਅਸੀਂ ਗੱਲ ਕਰਾਂਗੇ ਢੀਂਡਸੇ ਨਾਲ, ਤੁਸੀਂ ਤਾਂ ਪਤੰਦਰੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ, ਅਸੀਂ ਤਾਂ ਆਉਣ ਨੂੰ ਤਿਆਰ ਹਾਂ, ਢੀਂਡਸੇ ਨੂੰ ਤਾਂ ਮੈਂ ਲਿਆਉਣਾ ਜਾ ਕੇ ਲੈਡੀ ਕਿੱਡੀ ਗੱਲ ਹੈ, ਉਹ ਤਾਂ ਗੁਰਮੁਖ ਬੰਦਾ ਜਿਹੜਾ ਪਰਮਿੰਦਰ ਢੀਂਡਸਾ ਨਾ, ਮੈਨੂੰ ਤਾਂ ਬਹੁਤ ਗੁਰਮੁਖ ਬੰਦਾ ਲੱਗਦਾ, ਇੰਨੀ ਨਿਮਰਤਾ ਤੁਹਾਡੇ 'ਚ ਹੈ ਹੀ ਨਹੀਂ, ਤੂਰੇ ਤੇਰੇ 'ਚ ਵੀ ਜਿੰਨਾ ਤੇਰੇ ਹੰਕਾਰ ਆ ਨਾ ਉਹਨਾਂ ਸੁਖਬੀਰ 'ਚ ਮੈਨੂੰ ਲੱਗਦਾ ਘੱਟ ਹੋਵੇ, ਪਰ ਤੇਰੇ 'ਚ ਤਾਂ ਪਤੰਦਰਾ ਇੰਨਾ ਹੰਕਾਰ ਹੈ, ਤੂੰ ਤਾਂ 2 ਵਾਰੀ ਮੰਤਰੀ ਕੀ ਬਣ ਗਿਆ, ਮੈਂ ਤੈਨੂੰ ਵੀ ਜਾਣਦਾ, ਤੇਰੀ ਜੜ ਨੂੰ ਜਾਣਦਾ, ਤੂੰ ਬਥੇਰੇ ਆ ਭਾਈ ਰੂਪੇ ਵਰਗੇ ਦੇ ਮੈਂਬਰ ਆ, ਸਤਨਾਮ ਵਰਗੇ ਸ਼੍ਰੋਮਣੀ ਕਮੇਟੀ, ਇਹਨਾਂ ਤੋਂ ਬਥੇਰੀਆਂ ਤੂੰ ਲੁੱਟਾਂ ਖਾਧੀਆਂ, ਤੈਨੂੰ ਮੈਂ ਆਹ ਹੁਣ ਇੱਕ ਜਗਮੀਤ ਬਰਾੜ ਬੋਲਦਾ ਸੀ ਅਖੇ ਸਰਦਾਰ ਸੁਖਬੀਰ ਸਿੰਘ ਬਾਦਲ, ਇਹ ਕੱਲ੍ਹ ਪਰਸੋਂ ਦੀਆਂ ਗੱਲਾਂ, ਦਮਦਮਾ ਸਾਹਿਬ ਕਿਹੜਾ ਬੋਲਿਆ ਵਿਸਾਖੀ 'ਤੇ, ਕਹਿੰਦਾ ਮੇਰੇ ਬਾਪ ਨੂੰ ਮਰਵਾਉਣ ਵਾਲਾ ਪ੍ਰਕਾਸ਼ ਸਿੰਘ ਬਾਦਲ ਹੈ, ਤੇਰੇ ਬਾਪ ਦਾ ਕਾਤਲ ਹੋਵੇ ਬਾਦਲ ਪਰਿਵਾਰ, ਅਤੇ ਤੂੰ ਤਾਂ ਫਿਰ ਪਤੰਦਰਾ ਵੜ ਗਿਆ ਜਾ ਕੇ, ਤੇਰੇ ਤਾਂ ਮਜ਼ ਤੇਰੇ ਕੋਲ ਤਾਂ ਕੋਈ ਗੱਲ ਹੀ ਨਹੀਂ, ਤੂੰ ਤਾਂ ਉਹਦੇ ਪਿਓ ਨੂੰ ਇਹਨਾਂ ਤੇਰਾ ਪਿਓ ਇਹਨਾਂ ਨੇ ਮਾਰਤਾ, ਤੂੰ ਉਹਨਾਂ ਨਾਲ ਫਿਰ ਖਾਂਦਾ ਪੀਣਾ, ਇਹਨਾਂ ਦੀ ਪਾਲਟੀ 'ਚ ਰਲ ਗਿਆ। ਦੂਜੀ ਗੱਲ ਇਹ ਹੈ ਕਿ ਜਿਹੜਾ ਬਾਦਲ ਪਰਿਵਾਰ ਹੈ ਨਾ, ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂ, ਜੇ ਮੰਨਦਾ ਹੁੰਦਾ ਇਹ ਜਿਹੜਾ ਹੁਣ ਤੁਸੀਂ ਕਹਿੰਦੇ ਹੋ ਵੀ ਬਾਦਲ ਅਕਾਲੀ ਦਲ, ਉਹ ਪਤੰਦਰੋ ਇਹ ਜੇ ਬਾਦਲ ਦਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੁੰਦਾ ਬੇਦ ਵੀ ਨਹੀਂ ਕਰਾਉਂਦਾ ਸੀ, ਬੇਅਦ ਵੀ ਇਹਨਾਂ ਨੇ ਕਰਾਈ ਹੈ ਸਾਰੇ ਸਰੂਪਾਂ ਦੀ, ਲੱਖਾਂ ਥਾਂ ਬੇਅਦ ਵੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ, ਅਤੇ ਇਹਨਾਂ ਨੇ ਕਰਵਾਈ ਹੈ ਸਾਰੇ ਪਰਿਵਾਰ ਨੇ ਰਲ ਮਿਲ ਕੇ,
ਸਭ ਤੋਂ ਵੱਧ ਮੈਂ ਦੱਸਿਆ ਤੁਹਾਨੂੰ ਇਹ ਇਹਨੂੰ ਸਲਾਹ ਕੀ ਨਹੀਂ ਦਿੱਤੀ ਕਰਦੀ ਹੈ ਜਿਹੜਾ ਆਹ ਸਲਾਹਕਾਰ ਹੈ ਨਾ ਚੀਮਾ ਚੂਮਾ ਡਾਕਟਰ ਚੀਮਾ ਦਿਲਜੀਤ, ਇਹਦਾ ਬੇੜਾ ਬੈਠਾ, ਇਹਦਾ ਪੁੱਤ ਮਰਿਆ, ਇਹਨੇ ਦੱਸਿਆ ਵੀ ਤੁਸੀਂ ਐਂ ਕਰੋ ਫਿਰ ਆਪਾਂ ਨੂੰ ਸਰਸੇ ਵਾਲੀਆਂ ਵੋਟਾਂ ਆਉਣਗੀਆਂ। ਜਿਹੜੀ ਸਿਆਸੀ ਬੰਦਾ ਹੁੰਦਾ ਨਾ ਇਹ ਸਿਰੇ ਦਾ ਕਤੀੜ ਹੁੰਦਾ, ਇਹਦਾ ਕੋਈ ਧਰਮ ਨਹੀਂ ਹੁੰਦਾ। ਮੈਂ ਪਹਿਲਾਂ ਵੀ ਦੱਸਿਆ ਦੀਨ ਧਰਮ ਨਹੀਂ ਹੁੰਦਾ ਸਿਆਸੀ ਬੰਦੇ ਕੋਲ। ਹੁਣ ਆਪਾਂ ਆਮ ਸੁਣਦੇ ਹਾਂ ਪਤਾ ਨਹੀਂ ਸੱਚੀ ਹੈ ਜਾਂ ਝੂਠੀ ਹੈ ਵੀ ਇੰਦਰਾ ਨੇ ਆਪਦਾ ਮੁੰਡਾ ਮਰਵਾਤਾ ਸੀ ਸਿਆਸਤ ਪਿੱਛੇ, ਜਿਹੜੀ ਬੁੜੀ ਆਪਦਾ ਪੁੱਤ ਮਰਵਾ ਸਕਦੀ ਹੈ ਸਿਆਸਤ ਪਿੱਛੋਂ ਉਹ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਹਾਂ ਮਲੂਕਾ ਸਾਹਿਬ ਜੇ ਤੂੰ ਕਹੇਗਾ ਆਉਣ ਨੂੰ ਸਾਰੇ ਤਿਆਰ ਆ, ਢੀਂਡ ਸੇ ਵੀ ਆਜੂਗਾ ਤੁਹਾਡੀ ਪਾਰਟੀ 'ਚ, ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ, ਅਕਾਲੀ ਆ ਉਹ ਅਸਲ, ਤੁਸੀਂ ਅਕਾਲੀ ਨਹੀਂ ਪਤੰਦਰ, ਉਹ ਤਾਂ ਅਕਾਲੀ ਅਕਾਲੀ ਦਲ 'ਚ। ਜੇ ਤੁਸੀਂ ਆ ਹੁਣ ਉਹਨੇ ਸੰਗਰੂਰ ਰੈਲੀ ਕੀਤੀ, ਤੁਹਾਨੂੰ ਨਾਲ ਦੀ ਨਾਲ ਮੋਕ ਲੱਗ ਗਈ, ਆ ਧਰ ਲਈ ਫਿਰੋਜ਼ਪੁਰ ਵੀ ਅਸੀਂ ਇੱਧਰ ਕਰੀਏ, ਰੈਲੀਆਂ ਜਿੰਨੀਆਂ ਮਰਜ਼ੀ ਕਰ ਲਓ ਪਰ ਤੁਹਾਨੂੰ ਵੋਟ ਨਹੀਂ ਪੈਂਦੀ, ਤੁਹਾਡੀ ਬੇੜੀ ਡੁੱਬ ਚੁੱਕੀ ਹੈ। ਤੁਸੀਂ ਪਹਿਲਾਂ ਵੀ ਉੱਥੇ ਜੋੜੇ ਜਿਹੇ ਝਾੜ ਕੇ ਆਏ, ਇੱਕ ਬਹਾਨਾ ਜਿਹਾ ਬਣਾ ਕੇ ਵੀ ਸਾਨੂੰ ਐਂ ਖਣੀ ਬਖਸ਼ੇ ਜਾਵਾਂਗੇ, ਖਣੀ ਅਸੀਂ ਲੋਕਾਂ ਨੂੰ ਘੁੰਮਾ ਲਾਂਗੇ, ਉਹ ਗੱਲਾਂ ਗਈਆਂ ਪਹਿਲਾਂ ਵਾਲੀਆਂ। ਹੁਣ ਲੋਕ ਬਹੁਤ ਸਿਆਣੇ ਹੋ ਚੁੱਕੇ ਆ, ਸ਼੍ਰੋਮਣੀ ਕਮੇਟੀ ਤੁਹਾਡੇ ਹੱਥੋਂ ਜਿੱਦੇ ਵੋਟਾਂ ਪੈ ਗਈਆਂ, ਤੇਰੇ ਸੁਖਵੀਰ ਜੇ 10 ਬੰਦੇ ਵੀ ਜਿੱਤ ਕੇ ਜਿੱਤ ਜਾਣ ਮੈਂ ਬਹਿਦੇ ਨਾਲ ਕਹਿਣ ਨੂੰ ਤਿਆਰ ਹੈ। ਜੇ ਤੁਸੀਂ ਤਰਨਾ ਚਾਹੁੰਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਿੱਧੇ ਮੱਥੇ ਇਹ ਕਬੂਲ ਲਓ ਕਿ ਅਸੀਂ ਬੇਅਦਬੀ ਕੀਤੀ ਹੈ, ਤੁਹਾਨੂੰ ਸਾਰਾ ਸਿੱਖ ਪੰਥ ਮਾਫ਼ ਕਰ ਦੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-5 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।